ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਵੰਗਾਰਿਆ ਹੈ ਕਿ ਉਹ ਕੇਂਦਰ ਵਿੱਚ ਆਪਣੀ ਭਾਈਵਾਲ ਪਾਰਟੀ ਤੋਂ ਗੁਰਦੁਆਰਾ ਸਾਹਿਬ ਦੇ ਲੰਗਰਾਂ ਦਾ GST ਤੱਕ ਤਾਂ ਮਾਫ ਕਰਵਾ ਨਹੀਂ ਸਕੇ। ਉਹਨਾਂ ਨੇ ਪੰਜਾਬ ਦੇ ਹੋਰ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ? ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਠੱਠੀਆਂ ਮੰਦਾਂ ਵਿਖੇ ਇੱਕ ਵੱਡੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਈ ਤਿੱਖੇ ਪ੍ਰਹਾਰ ਕੀਤੇ। ਕਣਕ ਦਾ ਭਾਅ ਡਾਕਟਰ ਮਨਮੋਹਨ ਸਿੰਘ ਤੋਂ 2000 ਰੁਪਈਏ ਮੰਗਦੇ ਸੀਗੇ, ਕੀ ਉਹ 1735 ਨਾਲ ਸਹਿਮਤ ਹੈ? ਕੀ ਉਹ ਅੱਜ ਜਿਹੜੀ ਝੋਨੇ ਦੀ MSP ਫਿਕਸ ਹੈ ਉਹਦੇ ਨਾਲ ਸਹਿਮਤ ਹੈ? ਅਗਰ ਨਹੀਂ ਹੈ ਤਾਂ ਉਹਨਾਂ ਨੇ ਉੱਥੇ ਜਾ ਕੇ ਮੋਦੀ ਸਾਹਿਬ ਦੇ ਜੈਕਾਰੇ ਕਿਉਂ ਛੱਡੇ ਲੋਕ ਸਭਾ ਦੇ ਵਿੱਚ? ਕਿਉਂ ਉਹਨਾਂ ਨੇ ਮੇਜ਼ਾਂ ਥਪਥਪਾਈਆਂ? ਕਿਉਂ ਨਹੀਂ ਇਸ ਗੱਲ 'ਤੇ ਉਹਨਾਂ ਨੇ ਉੱਥੋਂ ਆਪਣੇ ਮੰਤਰੀ ਮੰਡਲ ਤੋਂ ਅਸਤੀਫਾ ਮੰਗਿਆ? ਦੇਖੋ, ਕੋਈ ਵੀ ਕੇਸ ਜਿਹੜਾ ਸਾਹਮਣੇ ਆਊਗਾ ਨਿਗਾਹ 'ਚ, ਪੂਰੀ ਜਾਂਚ ਕਰਕੇ ਉਹਦੇ ਬਾਅਦ ਕੀਤਾ ਜਾਊਗਾ। ਕਿਸੇ ਨੇ ਕੋਈ ਧੱਕਾ ਕੀਤਾ ਕਿਸੇ ਵਰਕਰ ਨੇ, ਕਿਸੇ ਨੇ ਉਸ ਸੱਤਾ ਦੇ ਦੌਰਾਨ ਕਾਂਗਰਸੀ ਵਰਕਰ ਧੱਕਾ ਕੀਤਾ, ਕੋਈ ਗਬਨ ਕੀਤਾ, ਕੋਈ ਇਸ ਕਿਸਮ ਦਾ ਕੋਈ ਚਿੱਟੇ ਵਿੱਚ ਨਾਲੇ ਉਹਨਾਂ ਨੂੰ ਬਿਲਕੁਲ ਨਹੀਂ ਲਿਆ ਜਾਊਗਾ। ਅਦਰਵਾਈਜ਼ ਇੱਥੇ ਦਾ ਬੰਦਾ ਦੂਜੀ ਥਾਂ ਜਾ ਕੇ ਮਿਲਾਉਣ ਦੇ ਅਸੀਂ ਬਿਲਕੁਲ ਗਰਮੀ ਦੀ ਇੰਤਹਾ ਮੈਂ ਉਹਨੂੰ ਕਹੂੰਗਾ ਵੀ ਲੋਕਾਂ ਨੇ ਪੋਲ ਖੋਲੀ ਹੈ। ਸੁਖਬੀਰ ਜੀ ਕੀ ਖੋਲਣਗੇ? ਅੱਜ ਤੋਂ 10 ਮਹੀਨੇ ਪਹਿਲਾਂ ਲੋਕਾਂ ਨੇ ਜਿਹੜਾ ਸਰਕਾਰ ਦੇ ਅਕਾਲੀ ਦਲ 25 ਸਾਲ ਰਾਜ ਕਰਨ ਦੀ ਗੱਲ ਕਰਦੇ ਸੀ, ਅੱਜ ਤੀਜੇ ਨੰਬਰ 'ਤੇ ਹੈ। ਉਹਨਾਂ ਕੋਲ ਲੀਡਰ ਆਫ ਓਪੋਜੀਸ਼ਨ ਦਾ ਪਦ ਵੀ ਹੈ ਨਹੀਂ, ਹਾਸ਼ੀਏ 'ਤੇ ਆ ਗਈ ਪਾਰਟੀ, ਉਹ ਕਿਹਦੀ ਪੋਲ ਖੋਲਦੇ ਫਿਰਦੇ ਆ? ਪੋਲ ਤਾਂ ਜਿੱਦਣ ਜਾ ਕੇ 32,000 ਕਰੋੜ ਰੁਪਈਆ 10 ਮਾਰਚ ਨੂੰ ਅਗਲੇ ਦਿਨ ਰਿਜ਼ਲਟ ਆਉਣਾ ਅਸੈਂਬਲੀ ਦਾ, ਪਹਿਲਾਂ ਜਾ ਕੇ ਉੱਥੇ ਚੰਦਾ ਚਾੜਿਆ, ਜੇਟਲੀ ਸਾਹਿਬ ਨੂੰ ਫੜਾਏ, ਆਪਣੀ ਗਲਤੀਆਂ ਦੇ ਉੱਤੇ, ਆਪਣੀ ਚੋਰੀਆਂ ਦੇ ਉੱਤੇ ਪਰਦਾ ਪਾਉਣ ਵਾਸਤੇ ਪੋਲ ਤਾਂ ਉਸੇ ਦਿਨ ਆ ਗਈ ਸੀ। ਜਿਹੜੀ ਹੈ 32,000 ਵਾਲੇ ਘੁਟਾਲੇ ਦਾ ਆਲਰੇਡੀ ਐਕਸਟਰਨਲ ਆਡਿਟ ਦੇ ਅਸੀਂ ਕੰਮ ਚਾਲੂ ਕਰਤਾ ਵੀ ਉਹ ਸਾਰੇ ਉਸ ਘੁਟਾਲੇ ਦਾ, ਕਿਉਂਕਿ ਉਹਨਾਂ ਨੇ ਵੀ ਕਿਹਾ ਸੀਗਾ ਕੈਗ ਦੀ ਜਿਹੜੀ ਰਿਪੋਰਟ ਸੀ ਵੀ ਜਾਂਚ ਕਰਵਾਈ ਜਾਵੇ ਵੀ ਕਿੰਨਾ ਉੱਥੇ 32,000 ਕਰੋੜ ਰੁਪਏ ਦਾ ਝੋਨਾ ਜਾਂ ਅਨਾਜ ਜਿਹੜਾ ਗੋਦਾਮਾਂ 'ਚ ਹੋਣਾ ਚਾਹੀਦਾ ਸੀ ਉਹ ਚੋਰੀ ਹੋ ਗਿਆ। ਉਹਦੀ ਜਾਂਚ ਕਰਾ ਕੇ ਵੀ ਫਿਕਸ ਦਾ ਰਿਸਪੋਂਸੀਬਿਲਿਟੀ 'ਤੇ ਸਾਰਿਆਂ ਨੂੰ ਸਜ਼ਾ ਮਿਲੀ। ਜੋ ਵੀ ਅੱਜ ਮੈਂ ਕਿਸੇ ਨੂੰ ਕਹਿ ਦਿਆਂ, ਕਿਉਂਕਿ ਮੇਰੇ ਕੋਲ ਉਸ ਡੇਟਾ ਪੂਰੇ ਹੈ ਨਹੀਂ, ਪਰ 32,000 ਕਰੋੜ ਰੁਪਈਏ ਦਾ ਜਿਹੜਾ ਝੋਨਾ ਅਨਾਜ ਸੀਗਾ ਉਹ ਮਿਸਿੰਗ ਆ। ਉਹ ਕਹਿ ਕੇ ਨੇ ਕਿਹਾ ਵੀ ਉੱਥੇ ਗੋਦਾਮਾਂ 'ਚ ਹੈ ਨਹੀਂ, ਕੌਣ ਲੈ ਗਿਆ ਕੱਢ ਕੇ? ਮੋਟਰਸਾਈਕਲ 'ਤੇ ਢੋਤਾ ਜਿਹੜਾ ਮੋਟਰਸਾਈਕਲ ਮੈਂ ਲਈ ਫਿਰਦਾ, ਜਿਹਦੇ ਨੰਬਰ ਮੇ ਇਹਨਾਂ ਨੇ ਦਿਖਾ ਤੇ ਵੀ ਇਹਦੇ 'ਤੇ ਝੋਨਾ ਢੋਇਆ, ਕਿਹਨੇ ਢੋਇਆ, ਕਿੱਥੇ ਗਿਆ ਪੈਸਾ, ਉਸ ਜਾਂਚ ਦੇ ਰਾਹੀਂ ਸਭ ਤੋਂ। ਤਰਨ ਤਾਰਨ ਤੋਂ ਜਾਗਰਤੀ ਲਹਿਰ ਦੇ ਲਈ ਵਿਜੇ ਕੁਮਾਰ ਦੀ ਰਿਪੋਰਟ।